ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗ, ਅੱਜ ਅਸੀਂ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ 1708 ਈਸਵੀ ਤੋਂ ਲੈ ਕੇ 1799 ਤੱਕ ਦਾ ਸੰਪੂਰਨ ਸਿੱਖ ਇਤਿਹਾਸ, ਜੋ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਹੋਣ ਤੱਕ। ਸਾਧ ਸੰਗਤ ਪਿਆਰ ਨਾਲ ਸਰਵਣ ਕਰੋ। ਬਾਬਾ ਬੰਦਾ ਸਿੰਘ ਬਹਾਦਰ ਇੱਕ ਐਸਾ ਵਿਅਕਤੀ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਕੌਮ ਦੀ ਬਾਗਡੋਰ ਸੰਭਾਲੀ ਤੇ ਆਪਣੀ ਸ਼ਹਾਦਤ 1716 ਈਸਵੀ ਤੱਕ ਬਹੁਤ ਸੁਚੱਜੇ ਢੰਗ ਨਾਲ ਕੌਮ ਦੀ ਅਗਵਾਈ ਕੀਤੀ। ਆਗੂ ਰਹਿਤ ਹੋ ਚੁੱਕੀ ਕੌਮ ਨੂੰ ਬਲ ਦੇ ਕੇ ਪੈਰਾਂ ਤੇ ਖੜਾ ਕੀਤਾ ਤੇ ਚੜ੍ਹਦੀ ਕਲਾ ਵਿੱਚ ਲੈ ਕੇ ਆਂਦਾ। ਜਿਸ ਵਕਤ ਬਾਬਾ ਬੰਦਾ ਸਿੰਘ ਜੀ ਨੇ ਕੌਮ ਦੀ ਬਾਗਡੋਰ ਸਾਂਭੀ, ਕੌਮ ਉੱਤੇ ਬਹੁਤ ਸੰਕਟ ਭਰਿਆ ਸਮਾਂ। ਬਾਬਾ ਬੰਦਾ ਸਿੰਘ ਜੀ ਨੇ ਕੌਮ ਨੂੰ ਇੱਕਜੁੱਟ ਕਰਕੇ ਸੂਝਵਾਨ ਤੇ ਚੰਗੇ ਆਗੂ ਹੋਣ ਦਾ ਸਬੂਤ ਦਿੱਤਾ ਤੇ ਇੱਕ ਵਾਰ ਪੰਜਾਬ ਵਿੱਚ ਸਿੱਖ ਰਾਜ ਕਾਇਮ ਕੀਤਾ। ਬਾਬਾ ਬੰਦਾ ਸਿੰਘ ਜੀ ਦਾ ਜਨਮ 7 ਅਕਤੂਬਰ ਸੰਨ 1670 ਈਸਵੀ ਨੂੰ ਪੱਛਮੀ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਵਿਖੇ ਬਾਬਾ ਰਾਮਦੇਵ ਜੀ ਦੇ ਘਰ ਹੋਇਆ, ਜੋ ਇੱਕ ਰਾਜਪੂਤ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਚਪਨ ਦਾ ਨਾਂ ਲਛਮਣ ਦਾਸ ਰੱਖਿਆ ਗਿਆ। ਬਚਪਨ ਤੋਂ ਸ਼ਿਕਾਰ ਖੇਡਣ ਦੇ ਸ਼ੌਕੀਨ ਸਨ। ਪੜ੍ਹਾਈ ਵਿੱਚ ਮਨ ਨਾ ਲੱਗਦਾ ਲਛਮਣ ਦਾਸ ਆਪਣਾ ਜ਼ਿਆਦਾ ਸਮਾਂ ਘੋੜ ਸਵਾਰੀ ਤੇ ਸ਼ਿਕਾਰ ਵਿੱਚ ਹੀ ਗੁਜ਼ਾਰਦੇ। ਸ਼ਿਕਾਰ ਖੇਡਦਿਆਂ ਇੱਕ ਵਾਰੀ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਜੋ ਕਿ ਗਰਭਵਤੀ ਸੀ। ਪੇਟ ਚਾਕ ਕਰਨ ਤੇ ਉਸ ਹਿਰਨੀ ਦੇ 2 ਬੱਚੇ ਨਿਕਲੇ, ਜਿਨ੍ਹਾਂ ਨੇ ਬਾਬਾ ਜੀ ਦੇ ਸਾਹਮਣੇ ਤੜਪ ਤੜਪ ਕੇ ਦਮ ਤੋੜ ਦਿੱਤਾ। ਇਸ ਦੁਰਘਟਨਾ ਤੋਂ ਬਾਅਦ ਅਜਿਹਾ ਮੋੜ ਆਇਆ ਕਿ ਉਹ ਦੁਨਿਆਵੀ ਜ਼ਿੰਦਗੀ ਤੋਂ ਉਪਰਾਮ ਹੋ ਗਏ। ਉਸ ਸਮੇਂ ਕਸ਼ਮੀਰ ਵੱਲ ਜਾਂਦੇ ਸਾਧੂਆਂ ਸੰਨਿਆਸੀਆਂ ਲਈ ਰਾਜੌਰੀ ਇੱਕ ਪੜਾਅ ਸੀ। ਉੱਥੇ ਹੀ ਉਹਨਾਂ ਦਾ ਮੇਲਜੋਲ ਇੱਕ ਬੈਰਾਗੀ ਸਾਧੂ ਜਾਨਕੀ ਪ੍ਰਸਾਦ ਨਾਲ ਹੋਇਆ ਅਤੇ ਉਸਨੇ ਲਛਮਣ ਦਾਸ ਉੱਤੇ ਐਸਾ ਪ੍ਰਭਾਵ ਪਾਇਆ ਕਿ ਉਸਨੇ ਘਰ ਬਾਰ ਛੱਡ ਦਿੱਤਾ ਅਤੇ ਸਾਧੂ ਬਣ ਗਿਆ। ਉਸ ਦਾ ਨਾਂ ਲਛਮਣ ਦਾਸ ਤੋਂ ਮਾਧੋ ਦਾਸ ਰੱਖ ਦਿੱਤਾ ਗਿਆ। 1686 ਈਸਵੀ ਤੱਕ ਮਾਧੋ ਦਾਸ ਆਤਮਕ ਸ਼ਾਂਤੀ ਲਈ ਭਟਕਦਾ ਰਿਹਾ ਅਤੇ ਬਹੁਤ ਘੁੰਮਦਾ ਰਿਹਾ, ਪਰ ਸ਼ਾਂਤੀ ਨਾ ਮਿਲੀ। ਉਸੇ ਸਾਲ ਉਸ ਦਾ ਮੇਲ ਇੱਕ ਹੋਰ ਬੈਰਾਗੀ ਰਾਮਦਾਸ ਨਾਲ ਹੋਇਆ ਅਤੇ ਉਸ ਦਾ ਚੇਲਾ ਬਣ ਗਿਆ ਅਤੇ ਉਸ ਨਾਲ ਘੁੰਮਦਾ ਰਿਹਾ। ਘੁੰਮਦੇ ਘੁੰਮਦੇ ਮਹਾਰਾਸ਼ਟਰ ਵਿੱਚ ਨਾਸਕ ਦੇ ਲਾਗੇ ਪੰਚਵਟੀ ਦੇ ਅਸਥਾਨ 'ਤੇ ਪਹੁੰਚੇ। ਉਹ ਥਾਂ ਚੰਗੀ ਲੱਗੀ ਅਤੇ ਉੱਥੇ ਹੀ ਟਿਕਾਣਾ ਬਣਾ ਕੇ ਬੈਠ ਗਏ। ਪੰਚਵਟੀ ਵਿੱਚ ਇੱਕ ਹੋਰ ਯੋਗੀ ਔਗੜਨਾਥ ਨਾਲ ਮੁਲਾਕਾਤ ਹੋਈ ਅਤੇ ਉਸ ਦਾ ਚੇਲਾ ਬਣ ਗਿਆ। ਮਾਧੋ ਦਾਸ ਨੇ ਔਗੜਨਾਥ ਦੀ ਬਹੁਤ ਸੇਵਾ ਕੀਤੀ ਤਾਂ ਇਸ 'ਤੇ ਖੁਸ਼ ਹੋ ਕੇ ਔਗੜਨਾਥ ਨੇ ਇੱਕ ਪੁਸਤਕ ਮਾਧੋ ਦਾਸ ਨੂੰ ਦਿੱਤੀ, ਜਿਸ ਵਿੱਚ ਜੰਤਰ ਮੰਤਰ ਅਤੇ ਸਿੱਧੀਆਂ ਬਾਰੇ ਬਹੁਤ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ ਸੀ। ਔਗੜਨਾਥ ਨੇ ਮਾਧੋ ਦਾਸ ਨੂੰ ਚੇਤਾਵਨੀ ਦਿੱਤੀ ਕਿ ਇਹਨਾਂ ਜੰਤਰਾਂ ਮੰਤਰਾਂ ਦਾ ਕਦੇ ਗਲਤ ਇਸਤੇਮਾਲ ਨਾ ਕਰੀਂ ਅਤੇ ਲੋਕ ਭਲਾਈ ਲਈ ਵਰਤੀ। ਕਹਿੰਦੇ ਹਨ ਕਿ ਉਸ ਪੋਥੀ ਵਿੱਚ ਜਿਹੜੀ ਵਿੱਦਿਆ ਦਿੱਤੀ ਗਈ ਸੀ ਉਹ ਹੋਰ ਪਾਸਿਓਂ ਮਿਲਣੀ ਅਸੰਭਵ ਸੀ। ਸ਼ੇਰਾਂ ਬਘਿਆੜਾਂ ਨੂੰ ਵਸ ਕਰਨ ਦੇ ਤਰੀਕੇ ਸਨ, ਪਾਉਣ ਦਾ ਰੁੱਖ ਬਦਲ ਦੇਣ, ਮੀਂਹ ਵਰਾਉਣ, ਗੜੇ ਵਰਾਉਣ, ਬਿਜਲੀ ਸੁੱਟਣ ਦੀ ਕਰਾਮਾਤ ਉਸ ਪੋਥੀ ਵਿੱਚ ਸੀ। ਪੋਥੀ ਹੱਥ ਲੱਗਣ 'ਤੇ ਮਾਧੋ ਦਾਸ ਹੰਕਾਰੀ ਹੋ ਗਿਆ। ਆਏ ਗਏ ਸੰਤ ਮਹਾਤਮਾ ਸੰਨਿਆਸੀ ਸਾਧੂਆਂ ਦੀ ਬੇਇੱਜ਼ਤੀ ਕਰਨ ਲੱਗ ਗਿਆ। ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣ 'ਤੇ ਮਾਧੋ ਦਾਸ ਨੇ ਪੰਚਵਟੀ ਛੱਡ ਦਿੱਤੀ ਅਤੇ ਗੋਦਾਵਰੀ ਦੇ ਕੰਢੇ ਕੰਢੇ ਤੁਰ ਪਿਆ ਅਤੇ ਨੰਦੇੜ ਦਾ ਸਥਾਨ ਉਸ ਨੂੰ ਪਸੰਦ ਆ ਗਿਆ ਅਤੇ ਉਸ ਨੂੰ ਪੱਕਾ ਟਿਕਾਣਾ ਬਣਾ ਲਿਆ। ਇੱਥੇ ਰਹਿ ਕੇ ਮਾਧੋ ਦਾਸ ਨੇ ਲੋਕਾਂ ਵਿੱਚ ਆਪਣਾ ਦਬਦਬਾ ਬਣਾ ਲਿਆ। ਕਈਆਂ ਨੂੰ ਵਰ ਦਾ ਲਾਲਚ ਦੇ ਕੇ ਅਤੇ ਕਈਆਂ ਨੂੰ ਸ਼ਰਾਬ ਦਾ ਡਰ ਦਿਖਾ ਕੇ ਅਤੇ ਕਈਆਂ ਕੋਲੋਂ ਸਿੱਧੀਆਂ ਦਿਖਾ ਕੇ ਈਨ ਮਨਵਾਈ। ਇਸ ਤਰ੍ਹਾਂ ਉਹ ਇਲਾਕੇ ਵਿੱਚ ਬਹੁਤ ਪ੍ਰਸਿੱਧ ਹੋ ਗਿਆ। ਉੱਧਰ ਦਮਦਮਾ ਸਾਹਿਬ ਵਿੱਚ
ਗੁਰੂ ਸਾਹਿਬ ਨੂੰ ਔਰੰਗਜ਼ੇਬ ਦੀ ਇੱਕ ਚਿੱਠੀ ਮਿਲੀ ਜਿਸ ਵਿੱਚ ਉਸਨੇ ਪਛਤਾਵਾ ਕੀਤਾ ਸੀ ਅਤੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਦਮਦਮਾ ਵਿੱਚ ਹੀ ਗੁਰੂ ਸਾਹਿਬ ਨੂੰ ਉਸ ਦੀ ਬਿਮਾਰੀ ਬਾਰੇ ਪਤਾ ਲੱਗਾ ਅਤੇ ਉਹ ਦੱਖਣ ਵੱਲ ਚੱਲ ਪਏ। ਗੁਰੂ ਜੀ ਵੱਲੋਂ ਬੈਰਾੜ ਦੀ ਸੰਗਤ ਵੱਲ ਲਿਖਿਆ ਹੋਇਆ ਹੁਕਮਨਾਮਾ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ। ਹੁਕਮਨਾਮਾ ਇਸ ਪ੍ਰਕਾਰ ਹੈ, ਅਸਾਂ ਦੱਖਣ ਨੂੰ ਕੋਚ ਕੀਤਾ ਹੈ, ਜਿਨ ਸਿੱਖ ਸਾਡੇ ਨਾਲ ਚੱਲਣਾ ਹੈ ਤਿੰਨ ਹੁਕਮ ਦੇਖਦਿਆਂ ਹਜ਼ੂਰ ਆਵਣਾ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਜਦ ਗੁਰੂ ਜੀ ਨੇ ਦੱਖਣ ਵੱਲ ਜਾਣ ਦੀ ਗੱਲ ਕਹੀ ਤਾਂ ਸਿੰਘਾਂ ਨੇ ਕਿਹਾ ਕਿ ਭੱਠ ਪਈ ਦੱਖਣ, ਦੱਖਣ ਜਾ ਕੇ ਕੀ ਕਰਨਾ ਹੈ। ਤਾਂ ਗੁਰੂ ਜੀ ਨੇ ਉਸੇ ਸਮੇਂ ਫਰਮਾਇਆ ਸੀ, ਐਸਾ ਨਾ ਆਖੋ, ਦੱਖਣ ਵੀ ਮੈਨੂੰ ਪਿਆਰਾ ਹੈ, ਉੱਥੇ ਵੀ ਕਈ ਕੰਮ ਸੰਵਰਨਗੇ। ਅਜੇ ਤੁਰੇ ਹੀ ਸਨ ਕਿ ਦੂਜੀ ਖਬਰ ਵੀ ਆ ਪਹੁੰਚੀ ਕਿ ਔਰੰਗਜ਼ੇਬ ਦੀ ਮੌਤ ਹੋ ਚੁੱਕੀ ਹੈ। 3 ਮਾਰਚ 1707 ਨੂੰ ਔਰੰਗਜ਼ੇਬ ਦੀ ਮੌਤ ਹੋ ਗਈ। ਬਹਾਦਰ ਸ਼ਾਹ ਉਸ ਸਮੇਂ ਜਮਰੌਦ ਵਿੱਚ ਸੀ। ਉਸ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ ਪੂਰੇ 20 ਦਿਨਾਂ ਬਾਅਦ ਮਿਲੀ। ਉਸਨੇ ਭਾਵੇਂ ਕਿਤਨੀ ਵੀ ਛੇਤੀ ਕੀਤੀ ਪਰ ਫਿਰ ਵੀ ਬੜੀ ਮੁਸ਼ਕਲ ਨਾਲ 3 ਮਈ 1707 ਨੂੰ ਰਾਵੀ ਪਾਰ ਕਰ ਸਕਿਆ। 2 ਦਿਨ ਲਾਹੌਰ ਰਹਿ ਕੇ 5 ਮਈ ਨੂੰ ਅੱਗੇ ਤੁਰਿਆ। 11 ਮਈ ਨੂੰ ਸਤਲੁਜ ਪਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਉਸ ਇਲਾਕੇ ਵਿੱਚ ਹੋਣ ਦਾ ਪਤਾ ਲੱਗਾ ਤਾਂ ਉਸਨੇ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ। ਨਦੌਣ ਦੀ ਜੰਗ ਤੋਂ ਬਾਅਦ ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ ਸੀ। ਉਸ ਦੇ ਮਨ ਵਿੱਚ ਗੁਰੂ ਜੀ ਦੀ ਸ਼ਖਸੀਅਤ ਤੋਂ ਲਾਭ ਉਠਾਉਣ ਦਾ ਖਿਆਲ ਆਇਆ ਅਤੇ ਉਸਨੇ ਗੁਰੂ ਸਾਹਿਬ ਤੋਂ ਇਮਦਾਦ ਮੰਗੀ। ਗੁਰੂ ਸਾਹਿਬ ਨੇ ਇਮਦਾਦ ਕੀਤੀ, 94 ਜਵਾਨ ਬਹਾਦਰ ਸ਼ਾਹ ਨੂੰ ਦਿੱਤੇ ਅਤੇ ਅਰਦਾਸ ਵੀ ਕੀਤੀ। ਇਸੇ ਕਰਕੇ ਜੇਜੂ ਦੀ ਜੰਗ, ਜੋ ਦੋਵੇਂ ਭਰਾਵਾਂ ਬਹਾਦਰ ਸ਼ਾਹ ਅਤੇ ਮੁਹੰਮਦ ਆਜ਼ਮ ਵਿਚਕਾਰ ਹੋਈ, ਮੁਹੰਮਦ ਆਜ਼ਮ ਨੂੰ ਹਾਰ ਦਾ ਨਸੀਬ ਹੋਈ ਅਤੇ ਉਹ ਲੱਖੀ ਜੰਗਲ ਦੇ ਇੱਕ ਸਿਪਾਹੀ ਈਸਾ ਖਾਨ ਦੇ ਹੱਥੋਂ ਮਾਰਿਆ ਗਿਆ। ਬਹਾਦਰ ਸ਼ਾਹ ਜਿੱਤ ਗਿਆ ਅਤੇ ਰਾਜ ਭਾਗ ਦਾ ਮਾਲਕ ਬਣ ਗਿਆ। ਇਸ ਜਿੱਤ ਨੂੰ ਉਹ ਗੁਰੂ ਪੀਰ ਦੀ ਬਰਕਤ ਹੀ ਮੰਨਦਾ ਸੀ। ਜਿੱਤ ਤੋਂ ਪਿੱਛੋਂ ਆਗਰਾ ਵਿਖੇ ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਮਿਲਣੀ ਹੋਈ। ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕੀਤਾ। 2 ਅਗਸਤ 1707 ਨੂੰ ਖਿਲਤ ਸਨਮਾਨ ਵਜੋਂ ਗੁਰੂ ਸਾਹਿਬ ਨੂੰ ਦਿੱਤੀ, ਜਿਸ ਵਿੱਚ ਹੀਰਿਆਂ ਜੜੀ ਪੁਸ਼ਾਕ, ਧੁੱਖ ਧੁਖੀ ਪਗੜੀ ਅਤੇ ਸਰਾਏ ਪਰਦਾ ਵੀ ਸਨ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੇ ਕਥਨ ਅਨੁਸਾਰ ਇਹ ਖਿਲਤ ਗੁਰੂ ਜੀ ਨੇ ਪਹਿਨੀ ਨਹੀਂ ਸੀ, ਸਗੋਂ ਸੇਵਾਦਾਰ ਹੱਥੀਂ ਆਪਣੇ ਟਿਕਾਣੇ 'ਤੇ ਭਜਵਾ ਦਿੱਤੀ ਸੀ। ਰਿਵਾਜ ਅਨੁਸਾਰ ਖਿਲਤ ਬਾਦਸ਼ਾਹ ਦੇ ਸਾਹਮਣੇ ਪਹਿਨਣੀ ਜ਼ਰੂਰੀ ਹੁੰਦੀ ਹੈ, ਪਰ ਜਦੋਂ ਗੁਰੂ ਜੀ ਨੇ ਟਿਕਾਣੇ ਭਜਵਾ ਦਿੱਤੀ ਤਾਂ ਕਾਜ਼ੀਆਂ ਨੇ ਰੋਸ ਮਨਾਇਆ ਅਤੇ ਕਾਜ਼ੀਆਂ ਦੇ ਆਖਣ 'ਤੇ ਬਾਦਸ਼ਾਹ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੇਰੀ ਪਰਜਾ ਨਹੀਂ, ਦੀਨੀ ਆਗੂ ਹਨ। ਬਹਾਦਰ ਸ਼ਾਹ ਵੱਲੋਂ ਗੁਰੂ ਸਾਹਿਬ ਦਾ ਇੰਨਾ ਸਤਿਕਾਰ ਕੀਤਾ ਵੇਖ ਕੇ ਪੰਜਾਬ ਦੇ ਨਵਾਬਾਂ ਵਜ਼ੀਰ ਖਾਨ, ਅਸਲਮ ਖਾਨ, ਜ਼ਬਰਦਸਤ ਖਾਨ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੇ ਕਥਨ ਅਨੁਸਾਰ ਬਹਾਦਰ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਵਿਚਕਾਰ ਗੱਲ ਸਿਰੇ ਵੀ ਚੜ੍ਹ ਗਈ, ਜਿਸ ਅਨੁਸਾਰ ਇੱਕ ਚਾਰਨਕੌਤੀ ਸਮਝੌਤਾ ਵੀ ਹੋ ਗਿਆ, ਜਿਸ ਦੀਆਂ ਸ਼ਰਤਾਂ ਸਨ, ਪਹਿਲੀ, ਬਾਦਸ਼ਾਹ ਹਿੰਦੂ ਮੁਸਲਮਾਨਾਂ ਨੂੰ ਬਰਾਬਰ ਸਮਝੇਗਾ, ਦੂਜੀ, ਇਨਸਾਫ ਕਰੇਗਾ, ਤੀਜੀ, ਧਰਮ ਵਿੱਚ ਦਖਲ ਨਹੀਂ ਦੇਵੇਗਾ, ਅਤੇ ਚੌਥੀ ਸ਼ਰਤ ਸੀ ਜੋ ਨਵਾਬ ਪੰਜਾਬ ਵਿੱਚ ਜ਼ੁਲਮ ਕਰ ਰਹੇ ਹਨ ਅਤੇ ਕਰ ਚੁੱਕੇ ਹਨ ਉਹਨਾਂ ਨੂੰ ਸਜ਼ਾ ਦੇਵੇਗਾ।
समझौते की चौथी शर्त का वजीर खान नूं बहुत डर हो गया सी कि जेकर बादशाह ने शर्तां मन लईआं तां उस नूं पक्की सज़ा मिलेगी। गलबात अजे पूरी तरह सिरे नहीं सी चढ़ी अते विचकार ही बहादुर शाह नूं 10 नवंबर 1707 नूं जोधपुर तों खबर पुजी कि अजीत सिंह ने मुगलां दे नुमाइंदे मुकरमदीन नूं उत्थों भजा दिता है। राजपुताने विच वड्डी बगावत होण दा डर है, इस लई गलबात विचकार ही छड के बहादुर शाह राजपुताने वल चल पिया। गुरु जी नूं उसने नाल ही तुरन दी बेनती कीती। गुरु जी एक तां गलबात मुका के वापस मुड़ना चाहुंदे सन अते दूजे राजपुतां नूं भी तकड़ा करना चाहुंदे सन। जोधपुर पुजदे सार ही एक होर खबर मगरे ही पुज गई कि कामबख्श ने हैदराबाद विच बगावत कर दिती है। बहादुर शाह बगावत दवाउण लई चल पिया। प्रतीत हुंदा है कि बहादुर शाह नूं जल्दी मुड़न की उम्मीद नहीं सी, इसे करके गुरु जी नूं गलबात पूरी करन लई हैदराबाद पहुँचन लई कह गया। गुरु जी रास्ते विच प्रचार करदे गए। बहादुर शाह होर कम्मां विच रुझ गया। गुरु जी जान गए कि बहादुर शाह उन्हां नूं टाल मटोल कर रहा है ते गलबात विचे ही टुट गई। तां साहिब श्री गुरु गोबिंद सिंह जी नदेड़ विखे ही रह गए। दादू द्वारे दे इक महंत जैत राम कोलों गुरु साहिब नूं माधोदास बारे पता लगा। जैत राम ने गुरु साहिब नूं माधोदास वल जाण तों मना कीता ते दस्या कि ओह आए गए साधु संतां नूं पहलां आदर नाल पलंग ते बिठा दिंदा है ते फिर उसे पलंग नूं उल्टा कर दिंदा है। ਉਹ ਸਿੱਧੀਆਂ ਦੇ ਜ਼ੋਰ ਨਾਲ ਕਈਆਂ ਦਾ ਮਖੌਲ ਅੜਾ ਚੁੱਕਾ ਹੈ। ਅਮਰਨਾਮਾ ਦੇ ਅਨੁਸਾਰ ਉਹ ਬਹੁਤ ਗਸੈਲ ਸਾਧੂ ਸੀ। ਉਸਨੇ ਭੂਤ ਪ੍ਰੇਤ ਵਸ ਕੀਤੇ ਸਨ। ਲੱਕੜੀ ਦੀਆਂ ਖੜਾਵਾਂ ਪਹਿਨਦਾ ਸੀ ਅਤੇ ਦੁੱਧ ਦੀ ਇੱਕ ਗੜ ਵੀ ਆਪਣੇ ਪਾਸ ਰੱਖਦਾ ਸੀ। ਆਪਣਾ ਆਸਣ ਉਸਨੇ ਸ਼ਾਹੀ ਤਖ਼ਤ ਵਾਂਗ ਸਜਾਇਆ ਹੋਇਆ ਸੀ। ਦਿਲ ਮੁਹੱਬਤੋਂ ਖਾਲੀ ਸੀ ਅਤੇ ਦਿਮਾਗ ਹੰਕਾਰ ਨਾਲ ਭਰਿਆ ਹੋਇਆ ਸੀ। ਗੁਰੂ ਸਾਹਿਬ ਨੇ ਇਹ ਸੁਣ ਕੇ ਕਿਹਾ ਕਿ ਸਾਨੂੰ ਉਸ ਦਾ ਪਤਾ ਅਤੇ ਰਾਹ ਦੱਸ ਦੇਵੋ, ਜੋ ਸਤਿਗੁਰੂ ਕਰੇਗਾ ਉਹੀ ਹੋਵੇਗਾ। ਇਹ ਕੋਈ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਦੇ ਮਨ ਵਿੱਚ ਕੀ ਸੀ। ਫਿਰ ਗੁਰੂ ਸਾਹਿਬ ਉਸ ਦੇ ਡੇਰੇ ਵਿੱਚ ਪਹੁੰਚੇ ਅਤੇ ਉਸ ਦੇ ਪਲੰਘ 'ਤੇ ਜਾ ਬੈਠੇ। ਕਹਿੰਦੇ ਹਨ ਕਿ ਉਸਨੇ ਆਪਣਾ ਪੂਰਾ ਜ਼ੋਰ ਪਲੰਘ ਨੂੰ ਉਲਟਾ ਕਰਨ ਲਈ ਲਗਾਇਆ, ਪਰ ਜਦੋਂ ਕੋਈ ਵਾਹ ਨਾ ਚੱਲੀ ਤਾਂ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਡਿੱਗਾ ਅਤੇ ਸਦਾ ਲਈ ਉਹਨਾਂ ਦਾ ਬੰਦਾ ਬਣ ਗਿਆ। ਗੁਰੂ ਸਾਹਿਬ ਨੇ ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਉਸਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਮ ਬਖਸ਼ਿਆ। ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਮਾਧੋਦਾਸ ਹਾਰ ਕੇ ਸਾਰੀਆਂ ਕਰਾਮਾਤਾਂ ਫੇਲ ਹੋਣ ਤੋਂ ਬਾਅਦ ਗੁਰੂ ਸਾਹਿਬ ਅੱਗੇ ਆਇਆ, ਚਰਨ ਛੂਹੇ। ਅਮਰਨਾਮਾ ਅਨੁਸਾਰ ਉਸਨੇ ਆਖਿਆ, ਰਹਿਮ ਸੱਚੇ ਪਾਤਸ਼ਾਹ ਮੈਨੂੰ ਰੱਖ ਲਵੋ, ਅਤੇ ਗੋਡਿਆਂ ਭਾਰ ਹੋ ਕੇ ਨਿਮਰਤਾ ਸਹਿਤ ਕਿਹਾ ਕਿ ਤੁਸੀਂ ਕੌਣ ਹੋ। ਗੁਰੂ ਸਾਹਿਬ ਨੇ ਆਖਿਆ ਕਿ ਉਹੀ ਜਿਸ ਨੂੰ ਤੂੰ ਜਾਣਦਾ ਹੈ। ਮਾਧੋਦਾਸ ਨੇ ਕਿਹਾ, ਮੈਂ ਕੀ ਜਾਣਦਾ ਹਾਂ। ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਅੰਦਰ ਝਾਤ ਮਾਰ। ਕੁਝ ਚਿਰ ਰੁਕ ਕੇ ਮਾਧੋਦਾਸ ਨੇ ਕਿਹਾ ਕਿ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ। ਗੁਰੂ ਜੀ ਨੇ ਕਿਹਾ, ਹਾਂ। ਮਾਧੋਦਾਸ ਨੇ ਪੁੱਛਿਆ ਕਿ ਤੁਹਾਡਾ ਇੱਧਰ ਕਿਵੇਂ ਆਉਣਾ ਹੋਇਆ। ਗੁਰੂ ਸਾਹਿਬ ਨੇ ਆਖਿਆ ਕਿ ਮੈਂ ਇੱਧਰ ਇਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੱਖ ਸਜਾਵਾਂ। ਤਾਂ ਮਾਧੋਦਾਸ ਨੇ ਕਿਹਾ ਕਿ ਮੈਨੂੰ ਪ੍ਰਵਾਨ ਹੈ ਮਹਾਰਾਜ, ਮੈਂ ਤੁਹਾਡਾ ਬੰਦਾ ਹਾਂ। ਅਬ ਤੁਮ ਮਾਲਕ ਹਮ ਤੁਮਾਰਾ ਬੰਦਾ, ਕਰੋ ਨਾ ਮਾਲਕ। ਤਾਰੀਖ ਏ ਪੰਜਾਬ ਦਾ ਲਿਖਾਰੀ
ਕਨਈਆ ਲਾਲ ਲਿਖਦਾ ਹੈ ਕਿ ਗੁਰੂ ਜੀ ਨੇ ਇਹ ਵੀ ਕਿਹਾ ਕਿ ਜੇ ਤੂੰ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ। ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਫਿਰ ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਕਿਹਾ ਕਿ ਸਿੱਖ ਬਣੈ ਸਭ ਖੋਏ ਭਰਮ, ਸਿੱਖ ਬਣਨ ਕਹਿ ਕਠਨ ਸੋ ਕਰਮ, ਸਿੱਖ ਹੋਏ ਜੋ ਆਪਾ ਖੋਵੈ, ਮੇਟ ਕੁਲੇ ਨਿਜ ਗੁਰਕੁਲ ਹੋਵੈ, ਵਾਲੋਂ ਨਿੱਕੀ ਖੰਨਿਓ ਤਿੱਖੀ ਹੈ ਸਿੱਖੀ ਕੀ ਰੀਤ, ਸਿਰ ਤੇ ਪਰੇ ਸੇਵਾ ਕਰੇ ਤੋ ਤਰੇ ਮਦ ਚੀਤ। ਉਸਨੇ ਸੀਸ ਨਿਵਾ ਕੇ ਸਭ ਕੁਝ ਪ੍ਰਵਾਨ ਕੀਤਾ, ਵਾਰ ਵਾਰ ਗੁਰੂ ਜੀ ਦੇ ਚਰਨ ਛੂਹੇ, ਮਾਫੀਆਂ ਮੰਗੀਆਂ, ਭੁੱਲਾਂ ਬਦਲੇ, ਤਾਂ ਗੁਰੂ ਸਾਹਿਬ ਨੇ ਬਖਸ਼ੀਸ਼ ਕਰਕੇ ਸਿੱਖੀ ਬਖਸ਼ੀ ਅਤੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾ ਦਿੱਤਾ। ਜੋ ਆਖੀ ਸਤਿਗੁਰ ਉਸੈ ਸੋ ਉਸ ਲੀਨੀ ਮਾਨ, ਧਰਿਓ ਸੋ ਬੰਦਾ ਨਾਮ ਤਿਸ ਤਿੰਨ ਕਰ ਲਿਓ ਪ੍ਰਮਾਣ। ਅਹਿਮਦ ਸ਼ਾਹ ਬਟਾਲੀਏ ਦੀ ਗਵਾਹੀ ਹੈ ਕਿ ਉੱਥੇ ਹੀ ਗੁਰੂ ਜੀ ਨੇ ਉਸਨੂੰ ਪੌਲ ਦੇ ਕੇ ਸਿੰਘ ਸਜਾਇਆ ਅਤੇ ਆਪਣੇ ਡੇਰੇ ਲੈ ਆਏ। ਬਖਤਮਲ ਨੇ ਆਪਣੀ ਪੁਸਤਕ ਮੁਖਤਸਰ ਏ ਇਬਤਦਾ ਇਹ ਫਿਰਕਾ ਇਹ ਸਿੱਖਾਂ ਵਿੱਚ ਲਿਖਿਆ ਹੈ ਕਿ ਉਸਦੇ ਪਿਛਲੇ ਕੀਤੇ ਕੁਕਰਮਾਂ ਨੂੰ ਖਿਮਾ ਕਰਕੇ ਗੁਰੂ ਸਾਹਿਬ ਨੇ ਉਸਨੂੰ ਪ੍ਰਚਲਿਤ ਢੰਗ ਨਾਲ ਆਪਣਾ ਸਿੰਘ ਸਜਾਇਆ। ਇਬਰਤਨਾਮਾ ਵਿੱਚ ਵੀ ਸਪਸ਼ਟ ਹੈ ਕਿ ਬੰਦਾ ਸਿੰਘ ਦਿਲੋਂ ਜਾਨ ਨਾਲ ਸਿੱਖ ਸਜਿਆ ਅਤੇ ਪਹਿਲ ਸ਼ੱਕ ਜੂਝਣ ਲਈ ਤਿਆਰ ਹੋ ਗਿਆ। ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਸਾਡਾ ਇਤਿਹਾਸ ਅਨੁਸਾਰ ਸਿੰਘ ਸੱਜ ਕੇ ਬੰਦਾ ਸਿੰਘ ਨਵੇਂ ਉਤਸ਼ਾਹ ਨਾਲ ਤੁਰਿਆ। ਸਿੱਖ ਇਤਿਹਾਸ ਦੀਆਂ ਹਿਰਦੇ ਵਿਦ ਘਟਨਾਵਾਂ ਨੇ ਤਾਂ ਉਸ ਨੂੰ ਹੋਰ ਦਾ ਹੋਰ ਬਣਾ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਰੋੜਾਂ ਦੀ ਵਿਛਾਈ ਕਰਨਾ, ਗੁਰੂ ਅੰਗਦ ਦੀ ਘਾਲਣਾ, ਗੁਰੂ ਅਮਰਦਾਸ ਜੀ ਦੀ ਸੇਵਾ, ਗੁਰੂ ਰਾਮਦਾਸ ਜੀ ਦਾ ਕੇਂਦਰ ਬਣਾ ਕੇ ਡਟਣਾ, ਗੁਰੂ ਅਰਜਨ ਜੀ ਦੀ ਸ਼ਹਾਦਤ, ਤੱਤੀਆਂ ਤਵੀਆਂ 'ਤੇ ਬੈਠਣਾ, ਦੇਗਾਂ ਵਿੱਚ ਉੱਬਲਣਾ, ਤੱਤੇ ਰੇਤੇ ਸਿਰਾਂ ਵਿੱਚ ਪਵਾਉਣੇ, ਦਰਿਆ ਵਿੱਚ ਰੋੜੇ ਜਾਣਾ, ਗੁਰੂ ਹਰਗੋਬਿੰਦ ਜੀ ਦਾ ਮੁਗਲਾਂ ਨਾਲ ਅਣਖ ਲਈ ਲੋਹਾ ਲੈਣਾ, ਗੁਰੂ ਹਰ ਰਾਏ ਜੀ ਦਾ ਅਹਿੰਸਾ ਦੇ ਸਬਕ ਉੱਤੇ ਦ੍ਰਿੜਤਾ, ਗੁਰੂ ਹਰਕ੍ਰਿਸ਼ਨ ਜੀ ਦਾ ਕਿਸੇ ਅੱਗੇ ਨਾ ਝੁਕਣਾ ਅਤੇ ਦਿੱਲੀ ਜਾ ਕੇ ਸਰੀਰ ਤਿਆਗਣਾ, ਗੁਰੂ ਤੇਗ ਬਹਾਦਰ ਜੀ ਦਾ ਪਰਉਪਕਾਰ ਲਈ ਔਰੰਗਜ਼ੇਬ ਹੱਥੋਂ ਸ਼ਹਾਦਤ ਪਾਉਣਾ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ ਦਾ ਚਮਕੌਰ ਵਿੱਚ ਜੂਝ ਕੇ ਸ਼ਹੀਦ ਹੋਣਾ, 40 ਭੁੱਖੇ ਤਿਹਾਏ ਸਿੱਖਾਂ ਦਾ 10 ਲੱਖ ਦੇ ਮਲਖਈਏ ਦਾ ਟਾਕਰਾ ਕਰਨਾ, ਅਤੇ ਸਭ ਤੋਂ ਉੱਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਦੀਵਾਰਾਂ ਵਿੱਚ ਚਿਣਿਆ ਜਾਣਾ, ਅਤੇ ਫਿਰ ਮਾਤਾ ਗੁਜਰੀ ਜੀ ਦੇ ਪ੍ਰਾਣ ਤਿਆਗਣ ਦੀ ਕਥਾ ਸੁਣ ਕੇ ਤਾਂ ਬਾਬਾ ਬੰਦਾ ਸਿੰਘ ਦਾ ਬਲ ਅਤੇ ਜੋਸ਼ ਉਛਾਲੇ ਖਾਣ ਲੱਗਾ। ਦਿਲ ਹੀ ਦਿਲ ਉਸ ਪ੍ਰਣ ਕੀਤਾ ਕਿ ਐਸੇ ਅੱਤਿਆਚਾਰੀ ਰਾਜ ਨੂੰ ਜੜੋਂ ਉਖੇੜ ਕੇ ਹੀ ਦਮ ਲਵੇਗਾ। ਗੁਰੂ ਸਾਹਿਬ ਨੰਦੇੜ ਬੰਦਾ ਸਿੰਘ ਦੇ ਡੇਰੇ ਹੀ ਟਿਕਾਣਾ ਕਰ ਰਹੇ ਸਨ ਕਿ ਉਹਨਾਂ ਦਿਨਾਂ ਵਿੱਚ ਹੀ ਇੱਕ ਹੋਰ ਦੁਰਘਟਨਾ ਹੋ ਗਈ, ਜਿਸ ਨੇ ਬੰਦਾ ਸਿੰਘ ਨੂੰ ਮਜਬੂਰ ਕਰ ਦਿੱਤਾ ਕਿ ਉਹ ਪੰਜਾਬ ਪੁੱਜੇ ਅਤੇ ਜ਼ਾਲਮਾਂ ਨੂੰ ਸਜ਼ਾ ਦੇਵੇ। ਜਦੋਂ ਵਜ਼ੀਰ ਖਾਨ ਸਰਹਿੰਦ ਦੇ ਨਵਾਬ ਨੂੰ ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਹੋਈ ਮੁਲਾਕਾਤ ਬਾਰੇ ਪਤਾ ਲੱਗਾ ਤਾਂ ਉਸਨੂੰ ਖਤਰਾ ਮਹਿਸੂਸ ਹੋਣ ਲੱਗਾ, ਤਾਂ ਉਸਨੇ ਗੁਰੂ ਸਾਹਿਬ ਨੂੰ ਕਤਲ ਕਰਵਾਉਣ ਲਈ 2 ਪਠਾਣ ਤਿਆਰ ਕੀਤੇ। ਕਹਿੰਦੇ ਹਨ ਕਿ ਦਿੱਲੀ ਵਿੱਚ ਮਾਤਾ ਸੁੰਦਰੀ ਜੀ ਤੋਂ ਗੁਰੂ ਸਾਹਿਬ ਦਾ ਥੌੜ ਟਿਕਾਣਾ ਪਤਾ ਕਰਕੇ ਉਹ ਨੰਦੇੜ ਗੁਰੂ ਸਾਹਿਬ ਕੋਲ ਪਹੁੰਚੇ। ਕੁਝ ਦਿਨ ਗੁਰੂ ਸਾਹਿਬ ਦੀ ਸੇਵਾ ਕੀਤੀ, ਗੁਰੂ ਸਾਹਿਬ ਕੋਲ ਰਹਿ ਕੇ ਉਹਨਾਂ ਨੇ ਆਪਣਾ ਵਿਸ਼ਵਾਸ ਬਣਾਇਆ, ਅਤੇ ਫਿਰ ਇੱਕ ਦਿਨ ਜਦੋਂ ਗੁਰੂ ਸਾਹਿਬ ਤੰਬੂ ਵਿੱਚ ਬੈਠੇ ਪ੍ਰਭੂ ਦਾ ਸਿਮਰਨ ਕਰ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਤੰਬੂ ਵਿੱਚ ਜਾ ਬੈਠਾ ਅਤੇ ਮੌਕਾ ਵਿਚਾਰ ਕੇ ਗੁਰੂ ਸਾਹਿਬ ਦੇ ਉਦਰ ਵਿੱਚ ਕਟਾਰ ਮਾਰਿਆ। ਅੰਮ੍ਰਿਤ ਗੁਟਕੇ ਮੁਤਾਬਕ ਗੁਰੂ ਸਾਹਿਬ ਨੇ
उस पठान नूं उत्थे ही अपने कटार नाल मार दिता। सिखां ने आके गुरु साहब नूं सांभिया, कमर कसा बन्निया होण करके कमर कसी होई सी, इस करके घाओ ज़्यादा लगा ते लहू भी बहुत निकलिया। सिखां ने कमर कसा खोलिया ते दुआ दारू कीती। जदों बहादुर शाह नूं गुरु साहब ते होए हमले बारे पता लगा तां उसने उसे वक्त अंग्रेजी हकीम ते जराह गुरु जी की सांभ संभाल लई भेजे। उन्होंने आके गुरु साहब का जख्म साफ किया ते टांके लगा के बंद कर दिता। गुरु साहब उन्हां हकीमां नूं 10 मोहरां सोने दियां हर रोज़ दिंदे रहे। 12वें दिन उन्होंने गुरु साहब नूं इशानान करवा दिता, जख्म तेजी नाल ठीक होण लगा। बाकी भाग दूजा कल। वाहिगुरू जी का खालसा, वाहिगुरू जी की।